ਸਿੰਘ ਹੈ ਜੀ। ਮੈਂ ਵਾਸੀ ਪਿੰਡ ਭੂਣ ਜ਼ਿਲ੍ਹਾ ਗੁਰਦਾਸਪੁਰ ਤੋਂ ਹਾਂ ਜੀ। ਅਤੇ ਇਸ ਵਾਰ ਜਿਸ ਤਰ੍ਹਾਂ ਤੁਸੀਂ ਪੁੱਛਿਆ ਜੀ ਵੀ ਵਿਸਾਖੀ 'ਤੇ ਕੀ ਮਹਿਸੂਸ ਕਰ ਰਹੇ ਹੋ, ਇਸ ਵਾਰ ਜਿਹੜੇ ਕਿਸਾਨ ਆ ਉਹਨਾਂ ਕੀ ਮਹਿਸੂਸ ਕਰਨਾ ਜੀ, ਉਹਨਾਂ ਵਾਸਤੇ ਜਿਹੜੀ ਆ ਵਿਸਾਖੀ ਆ ਬਹੁਤ ਮਾੜੀ ਹੈ। ਚਲੋ ਤਿਉਹਾਰ ਠੀਕ ਆ, ਪਰ ਜਿਹੜੀ ਸਰਕਾਰ ਆ ਨਾ, ਸਰਕਾਰ ਕੁਛ ਕਿਸਾਨਾਂ ਦੇ ਪੱਲੇ ਨਹੀਂ ਪਾ ਰਹੀ ਜੀ। ਇਹਦੇ ਮੁਆਵਜ਼ਾ, ਮੇਰੀ ਤਾਂ ਇਹੋ ਅਪੀਲ ਆ ਵੀ ਜਿੰਨਾ ਨੁਕਸਾਨ ਹੋਇਆ ਉਹਦੇ ਹਿਸਾਬ ਨਾਲ 50,000 ਘੱਟੋ ਘੱਟ ਏਕੜ ਦਾ ਮੁਆਵਜ਼ਾ ਸਰਕਾਰ ਨੂੰ ਦੇਣਾ ਚਾਹੀਦਾ ਵਾ, ਤਾਂ ਜੋ ਕਿਸਾਨ ਆਪਣਾ ਥੋੜ੍ਹਾ ਬਹੁਤਾ ਜੋ ਆ, ਕਈਆਂ ਨੇ ਤਾਂ ਬਹੁਤ ਜ਼ਿਆਦਾ ਠੇਕੇ 'ਤੇ ਜ਼ਮੀਨਾਂ ਲੈ ਰੱਖੀਆਂ ਵਾ ਬੜੀ ਬੜੀਆਂ ਮਹਿੰਗੀਆਂ, ਉਹਦੇ ਵਿਚਾਰਿਆਂ ਦਾ ਬਹੁਤ ਹੀ ਮਾੜਾ ਹਾਲ ਆ। ਚਲੋ ਜਿਹੜੇ ਆਪਣੇ ਬੰਦੇ ਆ, ਅੱਜ ਕੱਲ੍ਹ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਖਰਚੇ ਹੁੰਦੇ ਆ ਜੀ, ਬਹੁਤ ਜ਼ਿਆਦਾ। ਸਭ ਤੋਂ ਪਹਿਲਾਂ ਕਿਸਾਨ ਖਰਚੇ ਕਰਦਾ ਅਤੇ ਬਾਅਦ ਵਿੱਚ ਇਹ ਫਸਲਾਂ ਵੱਲ ਦੇਖਦਾ ਵਾ। ਜਿਹੜਾ ਕਿ ਕਿਸਾਨ ਹੀ ਆ, ਇੱਕ ਇਹ ਕਿਸਾਨ ਹੀ ਆ ਜਿਹਨੂੰ ਰੱਬ ਨੇ ਏਡਾ ਦਿਲ ਦਿੱਤਾ ਵੀ ਇਹ ਆਪਣੀ ਜਿਹੜੀ ਫਸਲ ਆ ਇਹ ਖੁੱਲ੍ਹੇ ਆਸਮਾਨ ਦੇ ਵਿੱਚ ਛੱਡ ਕੇ ਅਤੇ ਜਾ ਕੇ ਆਰਾਮ ਨਾਲ ਸੌਂਦਾ ਵਾ। ਨਹੀਂ ਤਾਂ ਜਿੱਥੇ ਵੀ ਤੁਸੀਂ ਕਿਤੋਂ ਵੇਖੋ ਕੋਈ ਸ਼ਾਹੂਕਾਰ ਆ ਕੋਈ ਵੀ ਆ, ਉਹ ਆਪਣਾ ਢੱਕ ਕੇ ਆਪਣੇ ਸਾਰਾ ਕੁਝ ਅੰਦਰ ਰੱਖ ਕੇ ਫੇਰ ਰੱਖਦਾ, ਪਰ ਕਿਸਾਨ ਨੂੰ ਜਿਹੜਾ ਵਾ ਨਾ ਬਹੁਤ ਵੱਡਾ ਦਿਲ ਦਿੱਤਾ ਵਾ ਜਿਹੜਾ ਰੱਬ ਨੇ। ਪਰ ਫਿਰ ਵੀ ਜਿਹੜੀਆਂ ਸਰਕਾਰਾਂ ਵਾ ਇਹ ਜਿਹੜਾ ਅੰਨਦਾਤਾ ਤਾਂ ਕਹਿੰਦੀਆਂ ਪਰ ਅੰਨਦਾਤਾ ਦੇ ਕੁਛ ਪੱਲੇ ਨਹੀਂ ਪਾਉਂਦੀਆਂ, ਇਹਨਾਂ ਦੀ ਮੇਰੇ ਹਿਸਾਬ ਨਾਲ ਤਾਂ ਪਹਿਲੀਆਂ ਸਰਕਾਰਾਂ ਵਾਂਗ ਵਾਧਾ ਹੀ ਹੈ ਜੀ। ਬਸ ਵਾਅਦੇ ਮੇਰੇ ਹਿਸਾਬ ਨਾਲ ਮੁਸ਼ਕਲ ਹੀ ਪੂਰੇ ਕਰਨਗੇ, ਮੈਨੂੰ ਤਾਂ ਇਹੋ ਇਹਨਾਂ ਤੋਂ ਲੱਗਦਾ ਵਾ ਜੋ ਇਹਨਾਂ ਦੀਆਂ ਸੰਭਾਵਨਾ ਚੱਲ ਰਹੀਆਂ ਵਾ। 5 ਏਕੜ 'ਚ ਲਗਾਏ ਜੀ ਅਤੇ ਬਹੁਤ ਜ਼ਿਆਦਾ ਨੁਕਸਾਨ, ਟੋਟਲੀ 100% ਨੁਕਸਾਨ ਹੋ ਗਿਆ ਜੀ। ਐਨ ਬਿਲਕੁਲ ਹੀ ਟੋਟਲ ਵਿਛ ਗਈਆਂ ਜੀ, ਬਹੁਤ ਜ਼ਿਆਦਾ ਉਹ ਛੋਟੇ ਦਾਣੇ ਹੋ ਗਿਆ, ਕਾਲੇ ਪੈ ਗਿਆ। ਮੈਂ ਤਾਂ ਇਹੋ ਹੀ ਉਮੀਦ ਕਰਨਾ ਜੀ, ਇੱਕ ਤਾਂ ਜਿਹੜੇ ਪਤਾ ਚੱਲ ਰਿਹਾ ਵੀ ਮੰਡੀਆਂ ਦੇ ਵਿੱਚ ਬਹੁਤ ਮਾੜੇ ਹਾਲਾਤ ਆ, ਵੀ ਇੱਕ ਹੋ ਨਹੀਂ ਰਹੇ ਉਹ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਜਿੱਦਾਂ ਪਹਿਲਾਂ ਹੁੰਦੇ ਸੀ, ਅਤੇ ਦੂਸਰਾ ਵੀ ਘੱਟੋ ਘੱਟ ਵੀ ਜਿਹੜੇ 15,000 ਨਾਲ ਤਾਂ ਕੁਛ ਨਹੀਂ ਆ, ਘੱਟੋ ਘੱਟ 50,000 ਰੁਪਏ ਮੁਆਵਜ਼ਾ ਏਕੜ ਦਾ ਅਤੇ ਸਰਕਾਰ ਨੂੰ ਦੇਣਾ ਚਾਹੀਦਾ ਜੀ। ਫਸਲ ਨੂੰ ਲੈ ਕੇ ਸੰਭਾਵਨਾ ਇਹ ਸਰਕਾਰਾਂ ਤੋਂ ਤਾਂ ਕੋਈ ਉਮੀਦ ਲੱਗਦੀ ਨਹੀਂ ਹੈ ਜੀ, ਬਾਕੀ ਜੋ ਆਪਣੀ ਫਸਲ ਹੈ ਵਾ ਮਾੜੀ ਮੋਟੀ ਉਹ ਤਾਂ ਚਲੋ ਜੋ ਸੁੱਟਾਂਗੇ ਜੋ ਆਊਗਾ ਉਹ ਤਾਂ ਪਤਾ ਲੱਗ ਜੂਗਾ। ਪਹਿਲਾਂ ਝਾੜ ਵੇਖੋ ਜੀ, ਇਹ ਤਾਂ ਤੁਸੀਂ ਆਪ ਹੀ ਅੰਡਰਸਟੂਡੀ ਹੈ ਜੀ, ਹੁਣ ਝਾੜ ਕਾਹਦੇ, ਹੁਣ ਤਾਂ ਆਹ ਵੇਖੋ ਲੰਮੇ ਪਈਆਂ ਜਿਹੜੀ ਖੜੀ ਕਣਕ ਵਾ ਉਹਦਾ ਚਲੋ 20x22 ਏਕੜ ਸਾਡੇ ਇੱਧਰ ਜਿਹੜਾ ਵਾ ਆ ਜਾਂਦਾ ਵਾ, ਚਲੋ ਰੇਟ ਮਿਲ ਜਾਂਦਾ ਕੋਈ ਹੋ ਜਾਂਦਾ ਵਾ, ਪਰ ਹੁਣ ਇਸ ਵਾਰ ਤਾਂ ਮੈਨੂੰ ਮੈਂ ਨਹੀਂ ਵੀ ਕਿੱਲੇ 'ਚ ਕੋਈ 4-5 ਕੁਇੰਟਲ ਨਿਕਲੂਗਾ ਸ਼ਾਇਦ। ਜਿਸ ਤਰ੍ਹਾਂ ਦੀਆਂ ਤਾਂ ਚੱਲ ਰਹੀਆਂ ਵਾ ਐਵੇਂ, ਬਸ ਕਦੀ ਉਹ ਇੱਦਾਂ ਹੋ ਗਿਆ ਜੀ ਜਿੱਦਾਂ ਚੱਲ ਰਿਹਾ ਵਾ ਵੀ ਇੱਥੇ ਗਰਦੌਰੀਆਂ ਹੋ ਗਈਆਂ ਵਾ ਵੀ 9 ਤਰੀਕ ਤੋਂ ਆ ਜਾਣਗੇ ਆਹ ਹੋ ਜੂਗਾ, ਪਰ ਅੱਜ ਅਸੀਂ ਫੋਨ ਕੀਤਾ ਜੀ ਪਟਵਾਰੀ ਸਾਹਿਬ ਨੂੰ, ਚਲੋ ਸਰਕਾਰ ਉਹਨਾਂ ਨੇ ਲਾਈ ਹੈ ਡਿਊਟੀ, ਉਹਨਾਂ ਨੇ ਉਹ ਆਉਂਦੇ ਅਜੇ ਤੁਹਾਡੀ ਪੂਰਾ ਹੀ ਨਹੀਂ ਹੋਇਆ ਜੀ, ਅਜੇ ਤਾਂ ਅਸੀਂ ਤੁਹਾਡੇ ਪਿੰਡੋਂ ਕਰਕੇ ਗਏ, ਬਾਕੀ ਹੋਣ ਡਿਆ, ਬਾਕੀ ਜੋ ਸਰਕਾਰ ਦਾ ਹੁਕਮ ਹੋਏਗਾ ਤੁਹਾਨੂੰ ਉਹਦੇ ਹਿਸਾਬ ਨਾਲ ਫੋਨ ਕਰ ਦਾਂਗੇ ਜੀ, ਵੀ ਉਹ ਜੋ ਸਰਕਾਰ ਦੇ ਉਹਦੇ ਹਿਸਾਬ ਨਾਲ ਤੁਹਾਨੂੰ ਸੱਦ ਲਾਂਗੇ, ਜਿਹਦੇ ਜਿਹਦੇ ਲੋਕ ਕਹਿਣਗੇ ਜੋ ਨੁਕਸਾਨ ਆ ਉਹਦੇ ਹਿਸਾਬ ਨਾਲ ਹੋਊਗਾ। ਮੇਰੇ ਸਰ ਮੇਰੀ ਤਾਂ ਲਾਸਟ ਇਹੋ ਅਪੀਲ ਹੈ ਜੀ ਸਰਕਾਰ ਨੂੰ ਵੀ ਘੱਟੋ ਘੱਟ 50,000 ਰੁਪਏ 1 ਏਕੜ ਦੇਣਾ ਚਾਹੀਦਾ ਮੁਆਵਜ਼ਾ। ਝੋਰਾ ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਗੁਰਦਾਸਪੁਰ ਅਤੇ ਡਾਕਖਾਨਾ ਦੀਵਾ ਬਬਰੀ ਆ। ਸਵੇਰ ਜਾ ਕੇ ਬੈਠੇ ਆ, ਬੱਤੀ ਤਾਂ ਕੋਈ ਪ੍ਰਬੰਧ ਨਹੀਂ ਆ, ਹੁਣ ਕਹਿੰਦੇ ਜਨਰੇਟਰ ਲੈ ਕੇ ਆਉਂਦੇ ਹਾਂ, ਤੁਸੀਂ ਜਨਰੇਟਰ ਲੈ ਕੇ ਆਓ, ਟਰੈਕਟਰ ਆਪਣਾ ਲੈ ਕੇ ਜਾਓ, ਜਨਰੇਟਰ ਲੈ ਕੇ ਆਓ। ਮਹਿਸੂਸ ਕੀ ਕਰਦੇ ਆ, ਭੁੱਖੇ ਮਰਦੇ, ਮਹਿਸੂਸ ਕੀ ਕਰਨਾ? ਪਿਛਲੀ ਵਾਰ ਵਿਸਾਖੀ ਤਾਂ ਅਸੀਂ ਲੱਡੂ ਪੇੜੇ ਖਾਧੇ ਸੀ ਤਿਆਰ ਕਰਨ, ਮਤਲਬ ਕਿ ਪਿਛਲੀ ਵਾਰ ਸਾਡਾ ਕਣਕੇ ਦਾ ਝਾੜ ਜਿਹੜਾ 18 ਕੁਇੰਟਲ ਜਾਂ ਕਣ 13 ਕੁਇੰਟਲ ਨਿਕਲਿਆ, ਸਭ ਨੂੰ ਢੇਰ ਨੂੰ ਦੇਖ ਸਕਦੇ ਹੋ। ਅੱਜ ਤੱਕ ਹਜੇ ਤੁਸੀਂ ਇੱਥੇ ਕੈਮਰਾ ਘੁਮਾ ਕੇ ਦੇਖ ਲਓ, ਕੋਈ ਵੀ ਮਹਿਕਮੇ ਵਾਲਾ ਕੋਈ ਵੀ ਨਹੀਂ ਆਇਆ ਤੱਕ, ਨਾ ਕੋਈ ਬੋਲੀ ਕਰਨ ਵਾਲਾ, ਨਾ ਕੋਈ ਬਿਜਲੀ ਵਾਲਾ ਆ। ਬਿਜਲੀ ਵਾਲਾ ਉਹ ਜਿਹੜੇ ਆੜ੍ਹਤੀ ਕੋ ਆਏ, ਉਹ ਕਹਿੰਦੇ ਭਾਈ ਆਪਣਾ ਜਨਰੇਟਰ ਲੈ ਕੇ ਪੱਖਾ ਲਾਓ, ਦੱਸੋ ਜਿਉਂਦਾ ਕਿੱਥੇ ਜਾਵੇ? ਅੱਜ ਤੱਕ ਤਾਂ ਕੋਈ ਉਮੀਦ ਨਹੀਂ, ਕਹਿਣ ਨੂੰ ਕਹੀ ਜਾਂਦੇ ਆ। ਇੱਕ ਦਿਨ ਆਇਆ ਪਟਵਾਰੀ ਸਾਹਿਬ ਅਤੇ ਇੱਕ ਫੋਟੋ ਲਾ ਕੇ ਲੈ ਗਿਆ ਕਣਕ ਦੇ ਖਲੋ ਕੇ, ਉਸ ਤੋਂ ਬਾਅਦ ਕੋਈ ਨਹੀਂ ਆਇਆ, ਨਾ ਉਹਨੇ ਸਾਡੇ ਕੋਲ ਅਕਾਊਂਟ ਨੰਬਰ ਖੜਿਆ, ਨਾ ਉਹਨਾਂ ਬੈਂਕ ਦਾ ਕੋਈ ਨੰਬਰ ਖੜਿਆ, ਕੋਈ ਨਹੀਂ ਖੜਿਆ। ਘੱਟ ਗਈ ਆ ਜੀ, ਬਹੁਤ ਘੱਟ ਗਈ ਸਾਡੀ, 6 ਕੁਇੰਟਲ ਪੈਦਾਵਾਰ ਘੱਟ ਗਈ ਇਸ ਵਾਰ। ਜਿਹੜੀ ਕਣਕ ਡਿੱਗੀ ਬਿਲਕੁਲ ਸੁਹਾਗਾ ਵੱਜ ਗਈ ਸਾਡੇ ਇਲਾਕਾ ਵਾਲੇ ਪਿੰਡ ਝੌਰਾ, ਜਾ ਕੇ ਦੇਖ ਲਓ ਅਜੇ ਵੀ ਕਣਕਾਂ ਵੱਢਣ ਵਾਲੀਆਂ ਪਈਆਂ ਨੇ, ਬਿਲਕੁਲ ਸੁਹਾਗੇ ਵੱਜੇ ਪਏ ਆ। ਮੰਡੀ ਦੇ ਤੱਕ ਬੱਤੀ ਆ ਨਹੀਂ, ਅਸੀਂ ਆ ਕੇ ਬੈਠੇ ਹਾਂ, ਤੱਕ ਬੱਤੀ ਦਾ ਕਨੈਕਸ਼ਨ ਹੀ ਨਹੀਂ ਗਾ। ਮਾਰਕੀਟ ਕਮੇਟੀ ਵਾਲਾ ਕਹਿੰਦੇ ਵੀ ਬੱਤੀ ਦੇਤੀ, ਇੱਥੇ ਪਹੁੰਚੀ ਨਹੀਂ ਆ। ਉਹ ਜਿਹੜੇ ਸਾਡੇ ਆੜ੍ਹਤੀ ਸਾਹਿਬ ਉਹ ਕਹਿੰਦੇ ਬੱਤੀ ਆਈ ਨਹੀਂ ਸਾਡੇ ਕੋਲ, ਦੱਸੋ ਅਸੀਂ ਕੀ ਕਰੀਏ? ਅਸੀਂ ਸਵੇਰ 'ਤੇ ਬੈਠੇ ਹਾਂ, ਚਲੋ ਮਤਲਬ ਕਿ 2-2.5 ਵਜੇ ਘਰ ਚੱਲ ਜਾਵਾਂਗੇ, ਨਿਆਣੇ ਵਾਸਤੇ ਕੋਈ ਖਾਣ ਪੀਣ ਲਾ ਜਾਵਾਂਗੇ, ਅੱਜ ਤੱਕ ਤਾਂ ਮੈਗਜ਼ੀਨ ਲੱਭਣ ਦੀ। ਅਸੀਂ ਸਵੇਰ ਦੇ ਭੁੱਖੇ ਪਾਣੀ ਮੈਂ, ਨਾ ਇੱਥੇ ਕੋਈ ਰੋਟੀ ਦਾ, ਨਾ ਕੋਈ ਚਾਹ ਦਾ, ਨਾ ਕੋਈ ਵੀ ਸਿਸਟਮ ਨਹੀਂ ਆ ਵੀ ਚਲੋ ਬੰਦਾ ਕੋਈ ਖਾ ਪੀ ਵੀ ਲਏ, ਸਾਨੂੰ ਕੋਈ ਸਿਸਟਮ ਨਹੀਂ ਹੈ। ਸਰਕਾਰ ਝੂਠੀ ਸਰਕਾਰ, ਅਸੀਂ ਉਮੀਦ ਕੀ ਕਰਨੀ ਹੈ? ਅਤੇ ਇਹ ਤਾਂ ਉਮੀਦ ਕਰਦੇ ਕੁਛ ਵੀ, ਜੋ ਕਰਨਾ ਝੂਠੇ ਵਾਅਦੇ ਕਰਦੇ ਆ, ਕਿ ਕਰਜ਼ਾਂ 'ਚ ਕਰਕੇ ਵਿਖਾ, ਬਸ ਝੂਠੇ ਵਾਅਦੇ ਕਰਦੇ ਆ। ਸਾਨੂੰ ਕਹਿੰਦਾ 15,000 ਦਊਂਗਾ, 7500 ਤੱਕ, ਤਾਂ ਅਸੀਂ ਤੁਹਾਡੀ ਕਣਕ ਸੁਹਾਗੇ ਵੱਜੇ, ਸਾਨੂੰ ਤਾਂ ਕੋਈ ਮੈਦ ਹੀ ਨਹੀਂ ਵੀ ਉੱਥੇ ਮਿਲੂ ਸਾਨੂੰ ਕੋਈ। ਅਸੀਂ ਕਹਿੰਦੇ 5,000 ਦੇ ਤੂੜੀ 'ਚ, ਅਰੇ ਡੰਗਰਾਂ ਵਾਸਤੇ ਤੂੜੀ ਘੱਟ ਗਈ ਅੱਕਾਂ, ਜਿਹੜੀ ਤੂੜੀ ਅੱਗਣੀ ਉਹ ਅੜੀ ਅੱਡੀ ਰਹਿ ਗਈ ਜੇ, ਕਿਉਂਕਿ ਕਣਕਾਂ ਵੇਖ ਕੇ ਕਾਲੀਆਂ ਹੋ ਗਈਆਂ ਜੀ। ਉਹ ਦਾਣੇ ਸਾਨੂੰ ਜਾ ਕੇ ਵੇਖ ਲਓ ਕਿੱਦਾਂ ਦੇ, ਸੱਚ ਬੋਲਣ ਦੇ ਕਿਕਟ ਬੋਲਣ ਦੇ, ਰੌਣ ਆਉਂਦਾ ਹੁਣ ਜਦੋਂ ਫਸਲਾਂ ਚਾਹੀਦਾ। ਇਸ ਲਈ ਸਰਕਾਰ ਤਾਂ ਜੋ ਕਰਦੀ ਆ ਪਤਾ ਨਹੀਂ ਕੀ ਕਰਦੀ ਆ, ਉੱਥੇ ਬੈਠਾ ਭਗਵੰਤ ਮਾਨ ਚੁਗਲੀਆਂ ਕਰੀ ਜਾਂਦਾ, ਆਪਣੇ ਕਮਿੰਟਾਂ ਕਰੀ ਜਾਂਦਾ, ਬਸ ਕਮਿੰਟ ਦੇ ਸਵਾਲ ਕੰਮ ਕੋਈ ਨਹੀਂ ਗਾ।
ਤੇ ਅਜੇ ਕੋਈ ਪ੍ਰਬੰਧ ਨਹੀਂ ਆ ਕੋਈ ਮੰਡੀ 'ਚ ਕੋਈ ਖਰੀਦਦਾਰ ਨਹੀਂ ਕੋਈ ਮਾਰਕੀਟ ਕਮੇਟੀ ਆ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪਹਿਲੇ ਨਾਲ ਸਾਰਾ ਹੀ ਫਰਕ ਆ ਉਹ ਜਦੋਂ ਆਉਂਦੇ ਰਹੇ ਕਣਕ ਵੇਚ ਕੇ ਚਲ ਜਾਂਦੇ ਰਹੇ ਹੁਣ ਕੋਈ ਆਉਣ ਹੀ ਨਹੀਂ ਦਿਆ ਪੁੱਛਣ ਨਹੀਂ ਦਿਆ ਪਿਛਲੀ ਵਾਰ ਜ਼ਿਆਦਾ ਰੌਣਕ ਸੀ ਆਖਰੀ ਤਾਂ ਕਣਕ ਲੋਕਾਂ ਅੱਧੀ ਵੇਚ ਲਈ ਬੜੀ ਵਧੀਆ ਹਾਂ ਕਣਕ ਬਹੁਤ ਮੀਂਹ ਨਾਲ ਐਰਕਾ ਲੇਟ ਹੋ ਗਈ ਕਣਕ ਮੀਂਹ ਨਾਲ ਪਕੜ ਨਹੀਂ ਦੇ ਵਿੱਚ ਥੱਲੇ ਗਿੱਲੀ ਆ ਕਣਕਾਂ ਮਾੜੀਆਂ ਨੇ ਥੱਲੇ ਬੁਰਾ ਉਮੀਦ ਕਾਹਦੀ ਕਰਦੇ ਹਾਂ ਇਹ ਸਰਕਾਰ ਕੋਲ ਉਮੀਦ ਕੋਈ ਨਹੀਂ ਸਾਨੂੰ ਹਾਂ ਕੋਈ ਉਮੀਦ ਨਹੀਂ ਇਸ ਕੋਈ ਮੁਆਵਜ਼ਾ ਨਹੀਂ ਇੱਕ ਰੁਪਈਆ ਨਹੀਂ ਮਿਲੇਗਾ ਜਿਹੜਾ 40 ਕਰੋੜ ਕਹਿਣ ਡੇ ਸਾਰੇ ਪੰਜਾਬ ਨੂੰ ਦਿੱਤਾ ਪੰਜਾਬ ਨੂੰ ਡਿਵਾਈਡ ਕਰਨਾ ਕਿੰਨਾ ਕਿੰਨਾ ਆਉਂਦਾ ਇੱਕ ਪਿੰਡ ਲਈ ਇਹ ਵੇਖ ਲੈਣ ਇੱਕ ਪਿੰਡ ਲਈ ਕਿੰਨਾ ਆਊਗਾ 8-7 ਹਜ਼ਾਰ ਇੱਕ ਪਿੰਡ ਲਈ ਆਉਂਦਾ ਉਹ ਪਿੰਡ ਕੀ ਕਰੂ 8-7 ਹਜ਼ਾਰ ਇਕੱਠਾ ਹੋ ਗਏ ਪਿੰਡ ਗੁਰਦੁਆਰੇ ਨੂੰ ਦੇ ਦੇ ਹਾਂ ਇਹੋ ਹੀ ਆ ਅਪੀਲ ਤਾਂ ਲੱਭਦੀ ਆ ਵੀ ਨਹੀਂ ਇਹਨਾਂ ਕੁਛ ਸੁਣਨਾ ਹੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹਾਂ